ਸਤਿ ਸ੍ਰੀ ਅਕਾਲ ਜੀ YouTube ਚੈਨਲ ਸਟੱਡੀ ਪੰਜਾਬ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਪੀ ਟ੍ਰਿਪਲ ਐਸ ਵੀ ਬੋਰਡ ਦੀ ਜਿਹੜੀ ਅਫੀਸ਼ੀਅਲ ਸਾਈਟ ਹੈ ਜੀ ਉਹਦੇ ਉੱਤੇ ਅੱਜ ਪਬਲਿਕ ਨੋਟਿਸ ਆਇਆ ਨੇ ਦੇਖੋ ਪਹਿਲਾਂ ਤਾਂ ਐਡਵਰਟਾਈਜ਼ਮੈਂਟਸ ਕੀ ਆਈਆਂ ਹੋਈਆਂ ਨੇ ਇਹਦੇ ਵਿੱਚ 12 7 2023 ਨੂੰ ਰਿਵਾਈਜ਼ ਰਿਜ਼ਲਟ ਕਮ ਮੈਰਿਟ ਲਿਸਟ ਆਫ ਵੈਟਰਨਰੀ ਇਨਸਪੈਕਟਰ ਐਡਵਰਟਾਈਜ਼ਮੈਂਟ ਨੰਬਰ ਕਿੰਨਾ ਜੀ 17 ਆਫ 2022 ਜਿਹੜਾ ਵੈਟਰਨਰੀ ਇਨਸਪੈਕਟਰ ਦੀਆਂ ਪੋਸਟ ਆਈਆਂ ਸੀ ਜੀ ਉਨ੍ਹਾਂ ਦਾ ਰਿਜ਼ਲਟ ਇਹਨਾਂ ਨੇ ਰਿਵਾਈਜ਼ ਕਰਤਾ ਜੀ ਆਪਾਂ ਚੱਲਦੇ ਹਾਂ ਜਿਹੜਾ ਅਫੀਸ਼ੀਅਲ ਨੋਟਿਸ ਆਇਆ ਜੀ ਉਹਦੇ ਵਿੱਚ ਕੀ ਮੈਂਸ਼ਨ ਆ ਦੇਖੋ ਜੀ ਅਦੀਨ ਸੇਵਾਮਾਂ ਚੋਣ ਬੋਰਡ ਪੰਜਾਬ ਬਣ ਭਵਨ ਸੈਕਟਰ 68 ਐਸ ਐਸ ਨਗਰ ਠੀਕ ਹੈ ਜੀ ਕੀ ਆ ਅਦੀਨ ਸੇਵਾਮਾਂ ਚੋਣ ਬੋਰਡ ਪੰਜਾਬ ਵੱਲੋਂ ਇਸ਼ਤਿਹਾਰ ਨੰਬਰ 17/2022 ਰਾਹੀਂ ਵੈਟਰਨਰੀ ਇਨਸਪੈਕਟਰ ਦੀਆਂ 643 ਅਸਾਮੀਆਂ ਪ੍ਰਕਾਸ਼ਿਤ ਕੀਤੀਆਂ ਗਈਆਂ ਸੀ ਠੀਕ ਹੈ ਜੀ ਇਸ ਭਰਤੀ ਸੰਬੰਧੀ ਬੋਰਡ ਵੱਲੋਂ ਮਿਤੀ 1/6/2023 ਤੋਂ 2/5/2023 ਤੇ 8/5/2023 ਤੋਂ 9/5/2023 ਨੂੰ ਕੀ ਹੋਇਆ ਸੀਗਾ ਜੀ ਕਾਉਂਸਲਿੰਗ ਵਿੱਚ ਬੁਲਾਏ ਗਏ ਜਿਹੜੇ ਉਮੀਦਵਾਰ ਸੀ ਉਹਨਾਂ ਦਾ ਰਿਜ਼ਲਟ ਇਹਨਾਂ ਨੇ ਮੈਰਿਟ ਲਿਸਟ ਦੇ ਅਕੋਰਡਿੰਗ ਰਿਵਾਈਜ਼ ਕਰਤਾ ਜੀ ਠੀਕ ਹੈ ਜੀ ਹੁਣ ਦੇਖੋ ਰਿਜ਼ਲਟ ਦੇ ਵਿੱਚ ਕੀ ਹੈ ਜੀ ਪਹਿਲਾਂ ਇਹਨਾਂ ਨੇ ਲਿਖਿਆ ਸੀਰੀਅਲ ਨੰਬਰ ਉਸ ਤੋਂ ਬਾਅਦ ਨੇ ਲਿਖਿਆ ਰੋਲ ਨੰਬਰ ਫਿਰ ਕੈਂਡੀਡੇਟ ਦਾ ਨੇਮ ਫਾਦਰ ਨੇਮ ਜੈਂਡਰ ਡੇਟ ਆਫ ਬਰਥ ਕੈਟਾਗਰੀ ਫਿਰ ਜਿਹੜਾ ਪੇਪਰ ਬੀ ਆ ਮੇਨ ਪੇਪਰ ਆ ਜਿਹੜਾ ਆਪਣਾ ਉਹਦੇ ਵਿੱਚੋਂ ਇਹਨਾਂ ਨੇ ਨੰਬਰ ਲਿਖਿਆ ਨ ਵੀ ਕਿੰਨੇ ਨੰਬਰ ਆਏ ਨੇ ਜੀ ਠੀਕ ਹੈ ਜੀ ਤੇ ਉਹਦਾ ਸਟੇਟਸ ਲਿਖਿਆ ਹੈ एलिਜੀਬਲ ਆਗਾ ਜਾਂ ਨਹੀਂ ਹੈਗਾ ਠੀਕ ਹੈ ਜੀ ਤੇ ਹੁਣ ਇਹਨਾਂ ਨੇ ਕੈਟਾਗਰੀ ਪਿੱਛੇ ਮੈਂਸ਼ਨ ਕਿਹਾ ਵੀ ਕਿਹਦੇ ਵਿੱਚ ਆਇਆ ਹੈ ਠੀਕ ਹੈ ਜੀ ਓਪਨ ਦੇ ਵਿੱਚ ਜਿਵੇਂ ਹੁਣ ਪਹਿਲਾ ਹੈਗਾ ਜਸਵੀਰ ਸਿੰਘ ਪਵਨ ਕੁਮਾਰ ਫਾਦਰ ਨੇਮ ਆ ਮੇਲ ਆ 4 ਜੁਲਾਈ 2000 ਬਰਥ ਆ ਤੇ ਜਰਨਲ ਕੈਟਾਗਰੀ ਦੇ ਵਿੱਚੋਂ ਆਗਾ 78 ਨੰਬਰ ਨੇਗੇ एलिਜੀਬਲ ਆ ਜੀ ਤੇ ਓਪਨ ਅੰਮੇ ਦੇ ਵਿੱਚ ਆਇਆਗਾ ਕੈਟਾਗਰੀ ਚ ਠੀਕ ਹੈ ਜੀ ਐਵੇਂ ਚੱਲਦੇ ਜੀ ਆਪਾਂ ਅੱਗੇ ਤੱਕ ਹੁਣ ਆਪਾਂ ਮੈਰਿਟ ਦੇਖਦੇ ਕਿੱਥੇ ਤੱਕ ਗਈ ਹੈ ਜਿਹੜੀ ਓਪਨ ਦੀ ਮੈਰਿਟ ਆਈ ਆਪਣੇ ਕੋਲ ਇਹ ਆਪਣੇ ਕੋਲ ਆ ਗਿਆ ਜੀ ਜਿਹੜੀ ਓਪਨ ਦੀ ਆਈ ਹੋਈ ਆਪਣੇ ਕੋਲੇ ਬੀਸੀ ਚੱਲ ਰਿਹਾਗਾ ਆ ਆ ਗਿਆ ਜੀ ਓਪਨ ਅਗੇਸਟ ਜਰਨਲ ਸਪੋਰਟਸ ਇਹਨਾਂ ਨੇ ਕਿੱਥੇ ਤੱਕ ਖਤਮ ਕਰਤੀਆਂ ਜਰਨਲ ਦੀਆਂ ਪੋਸਟਾਂ ਇਹਨਾਂ ਨੇ ਡੀ ਰਿਜ਼ਰਵ ਵੀ ਕਰਤੀਆਂ ਇਹ ਪੋਸਟਾਂ ਜਿਵੇਂ ਆਪਾਂ ਕਹਿੰਨੇ ਉਹ ਚ ਮਰਜ਼ੀ ਕਰਦੇ ਆ ਜਿਵੇਂ ਜਰਨਲ ਸਪੋਰਟਸ ਦਾ ਜੇ ਕੈਂਡੀਡੇਟ ਨਹੀਂ ਹੈਗਾ ਤਾ ਉਹਨੂੰ ਓਪਨ ਦੇ ਵਿੱਚ ਉਹ ਕਰਤਾ ਠੀਕ ਹੈ ਜੀ ਵੀ ਓਪਨ ਅਗੇਂਸਟ ਜਰਨਲ ਸਪੋਰਟਸ ਵੀ ਜਰਨਲ ਦੀ ਪੋਸਟ ਜਿਹੜੀ ਸਪੋਰਟਸਮੈਨ ਦੀ ਖਾਲੀ ਤੇ ਉਹਦੇ ਵਿੱਚ ਓਪਨ ਨੂੰ ਵੀ ਐਲੀਜੀਬਲ ਕਰਤਾ ਠੀਕ ਹੈ ਜੀ ਇਹ ਚੀਜ਼ ਆ ਗਈ ਜੀ ਉਸ ਤੋਂ ਬਾਅਦ ਜਿਹੜੀ ਕੈਟਾਗਰੀ ਦੇ ਆਏ ਆ ਦੇਖੋ ਆ ਜਰਨਲ ਵਾਲੇ ਆ ਗਏ ਠੀਕ ਹੈ ਜੀ ਇਸ ਤਰ੍ਹਾਂ ਇਹ ਸਾਰੀ ਆਪਣੇ ਕੋਲ ਲਿਸਟ ਆਈ ਆ 83 ਪੇਜ ਦੀ ਠੀਕ ਹੈ ਜੀ ਉਦੋਂ ਬਾਅਦ ਜਿਹੜੀਆਂ ਆਪਾਂ ਨੀਚੇ ਗਾਈਡਲਾਈਨ ਪੜ੍ਹ ਪੜਦੀਆਂ ਇਹਦੇ ਵਿੱਚੋਂ ਆ ਜਿਵੇਂ ਲਿਖਿਆ ਨਾਟ ਐ ਕਈ ਬਿਡ ਹੇਲਡ ਰੱਖੇ ਹੋਏ ਨੇਗੇ ਠੀਕ ਹੈ ਜੀ ਆਪਾਂ ਚੱਲਦੇ ਹਾਂ ਜਿਹੜੇ ਅਸਲੀ ਪੁਆਇੰਟ ਨੇ ਦੇ ਵਿੱਚ ਕੀ ਹੈਗਾ ਇਸ਼ਤਿਹਾਰ ਅਨੁਸਾਰ ਵਿਦਿਅਕ ਯੋਗਤਾ ਪੂਰੀ ਨਾ ਕਰਨ ਵਾਲੇ ਉਮੀਦਵਾਰਾਂ ਨੂੰ ਅਯੋਗ ਕਰਾਰ ਦਿੱਤਾ ਜਾਊਗਾ ਠੀਕ ਹੈ ਜੀ ਦਿੱਤਾ ਗਿਆ ਸੌਰੀ ਜਿਹੜਿਆਂ ਦੀ ਮਤਲਬ ਉਹਦੇ ਅਕੋਰਡਿੰਗ ਕੁਆਲੀਫਿਕੇਸ਼ਨ ਨਹੀਂ ਸੀ ਹੋ ਸਕਦਾ ਜਿਨ੍ਹਾਂ ਦੀ ਡਿਗਰੀ ਕੰਪਲੀਟ ਨਹੀਂ ਸੀ ਉਹਨਾਂ ਨੂੰ ਇਹਨਾਂ ਨੇ ਕੀ ਕਰਤਾ ਅਯੋਗ ਕਰਾਰ ਦਿੱਤਾ ਠੀਕ ਹੈ ਜੀ ਬਾਹਰ ਕਰਤਾ ਜਿਨ੍ਹਾਂ ਉਮੀਦਵਾਰਾਂ ਵੱਲੋਂ ਪੰਜਾਬ ਰਾਜ ਤੋਂ ਬਾਹਰ ਸਥਿਤ ਯੂਨੀਵਰਸਿਟੀਆਂ ਤੋਂ ਡਿਪਲੋਮਾ ਡਿਗਰੀ ਪ੍ਰਾਪਤ ਕੀਤੀ ਗਈ ਹੈ ਉਨ੍ਹਾਂ ਸਬੰਧੀ ਫੈਸਲਾ ਸਰਟੀਫਿਕੇਟ ਜਾਰੀ ਕਰਨ ਵਾਲੀ ਜਿਹੜੀਆਂ ਯੂਨੀਵਰਸਿਟੀਆਂ ਨੇ ਤੋਂ ਲੋੜੀ ਦੇ ਦਸਤਾਵੇਜ਼ ਜਿਵੇਂ ਕਿ ਸਬੰਧਤ ਕੋਰਸ ਵਿੱਚ ਉਪਲਬਧ ਸੀਟਾਂ ਦਾ ਬੇਰਵਾ ਮੰਗਿਆ ਠੀਕ ਹੈ ਜੀ ਫੈਕਲਟੀ ਸਬੰਧੀ ਜਾਣਕਾਰੀ ਠੀਕ ਹੈ ਉਸ ਤੋਂ ਬਾਅਦ ਹੈਗਾ ਜੀ ਮੋਡ ਆਫ ਐਜੂਕੇਸ਼ਨ ਕਿਹੜਾ ਤਰੀਕਾ ਕਿਵੇਂ ਉਹਨਾਂ ਨੇ ਕਰੀ ਸੀ ਕਿਹੜੇ ਮੋਡ ਦੇ ਵਿੱਚ ਕਰੀ ਸੀ ਰੈਗੂਲਰ ਪ੍ਰਾਈਵੇਟ ਠੀਕ ਹੈ ਜੀ ਕੋਰਸ ਪਾਸ ਕਰਨ ਵਾਲੇ ਉਮੀਦਵਾਰਾਂ ਦੇ ਗਜਟ ਨੋਟੀਫਿਕੇਸ਼ਨ ਦੀ ਕਾਪੀ ਇਹ ਸਾਰਾ ਕੁਝ ਉਹਨਾਂ ਨੇ ਕੀ ਕਰਿਆ ਰਿਜ਼ਲਟ ਤੇ ਬੇਧ ਹੈਲਡ ਰੱਖਿਆ ਹੋਇਆ ਠੀਕ ਹੈ ਜੀ ਅੱਗੇ ਚੱਲਦੇ ਜੀ ਪੰਜਾਬ ਰਾਜ ਵਿੱਚ ਸਥਿਤ ਸਥਿਤੀ ਪੰਜਾਬ ਦੀ ਸੌਰੀ ਪੰਜਾਬ ਰਾਜ ਵਿੱਚ ਸਥਿਤ ਜਿਹੜੀ ਪੰਜਾਬ ਦੀ ਗੁਰੂ ਅੰਗਦ ਦੇਵ ਯੂਨੀਵਰਸਿਟੀ ਆ ਲੁਧਿਆਣਾ ਨੂੰ ਛੱਡ ਕੇ ਗੁਰੂ ਕਾਸੀ ਯੂਨੀਵਰਸਿਟੀ ਤਲਵੰਡੀ ਸਾਬੋ ਬਠਿੰਡਾ ਠੀਕ ਆ ਆਰਆਈਐਮਟੀ ਯੂਨੀਵਰਸਿਟੀ ਤੇ ਮੰਡੀ ਗੋਵਿੰਦਗੜ੍ਹ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਡਿਪਲੋਮਾ ਡਿਗਰੀ ਪ੍ਰਾਪਤ ਕਰਨ ਵਾਲੇ ਉਮੀਦਵਾਰਾਂ ਦਾ ਨਤੀਜਾ ਪੰਜਾਬ ਦੀ ਗੁਰੂ ਅੰਗਦ ਦੇਵ ਯੂਨੀਵਰਸਿਟੀ ਲੁਧਿਆਣਾ ਤੋਂ ਜਾਰੀ ਡਿਪਲੋਮੇ ਨਾਲੋਂ ਵੱਖਰਾ ਹੋਣ ਕਰਕੇ ਰੋਕ ਵਿੱਚ ਰੱਖਿਆ ਗਿਆ ਮਤਲਬ ਉਹਨਾਂ ਨੂੰ ਵੀ ਹੇਲਡ ਰੱਖਿਆ ਗਿਆ ਕੀ ਤੋਂ ਬਿਨਾ ਗੁਰੂ ਅੰਗਦ ਦੇਵ ਯੂਨੀਵਰਸਿਟੀ ਜਿਹੜੀ ਲੁਧਿਆਣਾ ਉਹਨੂੰ ਛੱਡ ਕੇ ਸਮਝ ਲੱਗੀ ਜੀ ਇਹ ਤੁਸੀਂ ਪੜ ਲੈਣਾ ਹੈ ਜੀ ਉਦੋਂ ਬਾਅਦ ਚ ਇਹਦੇ ਵਿੱਚ ਕੁਝ ਹੋਰ ਚੀਜ਼ਾਂ ਜਿਵੇਂ ਈਐਸਐਮ ਕੈਟਾਗਰੀ ਨਾਲ ਸੰਬੰਧਿਤ ਜਿੰਨਾ ਉਮੀਦਵਾਰਾਂ ਵੱਲੋਂ ਨੌਕਰੀ ਦੌਰਾਨ 6 ਮਹੀਨੇ ਪਹਿਲਾਂ ਦਾ ਕੋਰਸ ਕੀਤਾ ਗਿਆ ਹੈ ਨੂੰ ਹੋਲਡ ਰੱਖਿਆ ਗਿਆ ਉਹਨਾਂ ਨੂੰ ਵੀ ਹੋਲਡ ਰੱਖਿਆ ਗਿਆ ਠੀਕ ਹੈ ਜੀ ਇਹ ਤੁਸੀਂ ਪੜ ਲੈਣਾ ਜੀ ਠੀਕ ਹੈ ਜੀ ਤੇ ਤੁਸੀਂ ਆਪਣਾ ਰਿਜ਼ਲਟ ਚੈੱਕ ਕਰ ਸਕਦੇ ਹੋ ਆਪਣੀ ਅਫੀਸ਼ੀਅਲ ਸਾਈਟ ਤੇ ਵੀ ਜਾ ਕੇ ਚੈੱਕ ਕਰ ਸਕਦੇ ਹੋ ਚਾਹੇ ਆਪਣੀ ਵੀਡੀਓ ਦੇ ਥਰੂ ਚੈੱਕ ਕਰ ਸਕਦੇ ਹੋ ਜੀ ਠੀਕ ਹੈ ਜੀ ਜੇ ਵੀਡੀਓ ਵਧੀਆ ਲੱਗੀ ਆ ਤਾਂ ਵੀਡੀਓ ਨੂੰ ਲਾਈਕ ਜਰੂਰ ਕਰੋ ਜੀ ਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਤਾਂ ਕਰਕੇ ਤੁਹਾਨੂੰ ਹਰ ਇੱਕ ਅਪਡੇਟ ਸਾਡੇ ਵੱਲੋਂ ਮਿਲਦੀ ਰਹੇ ਜੀ ਥੈਂਕ ਯੂ